ਸਤਿ ਸ੍ਰੀ ਅਕਾਲ ਕਿਸਾਨ ਵੀਰੋ, ਮੈਂ ਤੁਹਾਡਾ 68ਵਾਂ ਰਿਕਾਰਡ ਚੈਨਲ ਵਿੱਚ ਸਵਾਗਤ ਕਰਦਾ। ਸੋ ਜਿਹੜੀ ਅੱਜ ਆਪਾਂ ਟੈਕਨੋਲੋਜੀ ਦਿਖਾਉਣ ਲੱਗੇ ਹਾਂ ਵੀ ਕਿਵੇਂ ਹੈਪੀ ਸੀਡਰ ਦੇ ਨਾਲ ਕਣਕ ਬੀਜੀ ਜਾਂਦੀ ਆ। ਸੋ ਆਪਾਂ ਅੱਜ ਉਹਦੇ ਬਾਰੇ ਜਾਣਕਾਰੀ ਦੇਵਾਂਗੇ। ਸੋ ਇਸ ਵੀਡੀਓ ਨੂੰ ਲਾਈਕ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ। ਸੋ ਹੁਣ ਤੁਹਾਨੂੰ ਦਿਖਾਉਣ ਜਾ ਰਿਹਾ ਹੈਪੀ ਸੀਡਰ ਦੀ ਬਿਜਾਈ। ਸੋ ਕਿਸਾਨ ਵੀਰੋ, ਜਿਹੜਾ ਤੁਸੀਂ ਇਹ ਖੇਤ ਦੇਖ ਰਹੇ ਹੋ, ਇਸ ਨੂੰ ਮਲਚਰ ਚੌਪਰ ਦੇ ਨਾਲ ਕਰਚਿਆਂ ਦਾ ਚੂਰਾ ਬਣਾ ਕੇ ਹੈਪੀ ਸੀਡਰ ਦੇ ਨਾਲ ਸਿੱਧੀ ਬਿਜਾਈ ਕਰ ਰਹੇ ਹਾਂ। ਸੋ ਹੁਣ ਤੁਹਾਨੂੰ ਨੇੜਿਓ ਦਿਖਾਉਂਦੇ ਹਾਂ ਹੈਪੀ ਸੀਡਰ ਦੇ ਕੋਲ ਜਾ ਕੇ ਵੀ ਇਸ ਦੀ ਬਿਜਾਈ ਕਿਵੇਂ ਹੁੰਦੀ ਹੈ। ਸੋ ਦੇਖੋ ਕਿਸਾਨ ਵੀਰੋ, ਜੌਂਡੀ ਦੇ ਟਰੈਕਟਰ ਮਗਰ ਹੈਪੀ ਸੀਡਰ ਪਾਇਆ ਹੋਇਆ। ਸੋ ਤੁਹਾਨੂੰ ਹੁਣ ਨੇੜੇ ਜਾ ਕੇ ਦਿਖਾਉਂਦੇ ਹਾਂ ਵੀ ਇਹਦੀ ਬਿਜਾਈ ਕਿਵੇਂ ਹੁੰਦੀ ਹੈ। ਸੋ ਦੇਖੋ ਕਿਸਾਨ ਵੀਰੋ, ਹੈਪੀ ਸੀਡਰ ਦੀ ਬਿਜਾਈ। ਕਿਸਾਨ ਵੀਰੋ, ਜਿਹੜੀ ਇਸਦੀ ਬਿਜਾਈ ਆ, ਦੇਖੋ ਇੱਥੇ 2.5 ਇੰਚ ਉਂਗਲ ਇਹ ਕਣਕ ਬੀਜ ਦਾ ਦੇਖੋ। ਸੋ ਇਹ ਚੀਜ਼ ਬਹੁਤ ਹੀ ਫਾਇਦੇਮੰਦ ਹੈ। ਚੌਪਰ ਫੇਰ ਕੇ ਤੁਸੀਂ ਸਿੱਧੀ ਬਿਜਾਈ ਹੈਪੀ ਸੀਡਰ ਨਾਲ ਕਰੋ, ਤੁਹਾਡੀ ਜਿਹੜੀ ਕਣਕ ਹੋਊਗੀ ਉਹ ਦੁੱਗਣੀ ਤਿੱਗਣੀ ਨਿਕਲੂਗੀ। ਦੇਖੋ ਕਿਸਾਨ ਵੀਰੋ, ਕਣਕ ਪਈ ਆ ਤੇ ਆਪਾਂ ਰੋਹ ਪਾਇਆ ਇਹਦੇ ਵਿੱਚ। ਸੋ ਕਿਸਾਨ ਵੀਰੋ, ਆਸ ਕਰਦਾ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ, ਤਾਂ ਇਸ ਨੂੰ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਿਓ ਤੇ ਉਹਨਾਂ ਨੂੰ ਪਤਾ ਲੱਗ ਸਕੇਗੀ ਵੀ ਕਿਵੇਂ ਹੈਪੀ ਸੀਡਰ ਨਾਲ ਬਿਜਾਈ ਹੁੰਦੀ ਆ। ਤੇ ਆਪਣੀ ਇੱਕ ਵੀਡੀਓ ਮਲਚਰ ਚੌਪਰ ਦੀ ਵੀ ਆ ਵੀ ਉਹਦੇ ਨਾਲ ਕਿਵੇਂ ਕਰਚਿਆਂ ਨੂੰ ਚੂਰਾ ਬਣਾਇਆ ਜਾਂਦਾ, ਤਾਂ ਉਹ ਮੈਂ ਉਹਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦੂੰਗਾ, ਤੁਸੀਂ ਉਹ ਵੀਡੀਓ ਵੀ ਚੈੱਕ ਕਰ ਲਿਓ ਵੀ ਕਿਵੇਂ ਪਹਿਲਾਂ ਕਰਚਿਆਂ ਦਾ ਚੂਰਾ ਬਣਾ ਕੇ ਵੀ ਹੈਪੀ ਸੀਡਰ ਨਾਲ ਅਸੀਂ ਬਿਜਾਈ ਕਰੀਏ। ਸੋ ਮੈਨੂੰ ਦਿਓ ਇਜਾਜ਼ਤ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।